ਇਹ ਉਹੀ ਐਕਟ ਵਾ ਜੀ ਜਿਹੜੀ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਵਿੱਚ ਜਿਹੜੇ ਉਹ ਤਿੰਨ ਜਵਾਨ ਸੀਗੇ ਜਿਹੜੇ ਪੀਪਣੀਆਂ ਵਜਾ ਕੇ ਅਤੇ ਸ਼ੋਰੋ ਗੋਲ ਕਰ ਰਹੇ ਸੀਗੇ ਆਪਣੀ ਮਰਜ਼ੀ ਦੇ ਨਾਲ। ਇਹ ਐਕਟਵਾ ਅਸੀਂ ਇੱਥੋਂ ਘਰੋਂ ਆ ਕੇ ਜਿਹੜੀ ਐਕਟਵਾ ਹੈ ਫੜ ਲਈ ਹੈ ਅਤੇ ਇਹ ਤਿੰਨ ਬੱਚੇ ਸੀਗੇ ਜਿਹੜੇ ਵਜਾਉਂਦੇ ਸੀਗੇ ਇਹ ਤਿੰਨੇ ਬੱਚੇ ਸੀਗੇ। ਹੁਣ ਇਹਨਾਂ ਕੋਈ ਵੱਜਦੀ ਨਹੀਂ ਪਈ, ਪਹਿਲਾਂ ਬੜੇ ਜ਼ੋਰ ਜ਼ੋਰ ਨਾਲ ਮਰਾਉਂਦੇ ਸੀਗੇ ਵਜਾਉਂਦੇ ਸੀਗੇ। ਆਮ ਬੱਚਿਓ ਅੱਗੋਂ ਤੋਂ ਗਲਤੀ ਕਰੋਗੇ, ਸਾਰੇ ਉੱਚੀ ਬੋਲੋ। ਮਾਤਾ ਚਿੰਤਪੁਰਨੀ ਦੇ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਨੇ ਕੀਤੀ ਰਾਸਤੇ ਦੇ ਵਿੱਚ ਹੁੱਲੜਬਾਜ਼ੀ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਘਰ ਜਾ ਕੇ ਕੀਤਾ ਚਲਾਨ। ਤੁਹਾਨੂੰ ਦੱਸਦੇ ਕਿ ਸਾਵਣ ਦਾ ਮਹੀਨਾ ਚੱਲ ਰਿਹਾ ਅਤੇ ਲੋਕ ਮਾਤਾ ਚਿੰਤਪੁਰਨੀ ਦੇ ਮੱਥਾ ਟੇਕਣ ਜਾ ਰਹੇ ਨੇ ਅਤੇ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਦੇਖ ਸਕਦੇ ਹੋ ਕਿ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਬੈਠੇ ਹੋਏ ਨੇ ਅਤੇ ਉੱਚੀ ਉੱਚੀ ਬਾਜੇ ਦੇ ਨਾਲ ਰੌਲਾ ਪਾ ਰਹੇ ਨੇ, ਆਵਾਜ਼ ਕੱਢਦੇ ਜਾ ਰਹੇ ਨੇ ਬਾਜੇ ਦੇ ਨਾਲ ਉੱਚੀ ਉੱਚੀ। ਤਾਂ ਜਿਸ ਤੋਂ ਬਾਅਦ ਜਦੋਂ ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਤੇ ਅੱਜ ਉਸ ਧਾਕੜ ਅਫਸਰ ਸੁਭਾਸ਼ ਭਗਤ ਨੇ ਘਰ ਜਾ ਕੇ ਇਹਨਾਂ ਨੂੰ ਗਿਫਟ ਦਿੱਤਾ, ਇਹਨਾਂ ਦਾ ਚਲਾਨ ਕੀਤਾ ਅਤੇ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਜੇਕਰ ਮੁੜ ਕੇ ਤੁਸੀਂ ਹੁੱਲੜਬਾਜ਼ੀ ਕੀਤੀ ਤਾਂ ਤੁਹਾਡੀ ਖੈਰ ਨਹੀਂ ਹੋਵੇਗੀ। ਮੇਲਾ ਦੇਖੋ ਤੁਸੀਂ, ਪਰ ਇਹ ਥੋੜ੍ਹੀ ਕਿ ਤੁਸੀਂ ਉੱਚੀ ਉੱਚੀ ਆਵਾਜ਼ਾਂ ਕਰਕੇ ਨੋਇਸ ਪੋਲਿਊਸ਼ਨ ਕਰੋਗੇ। ਅਗਰ ਤੁਸੀਂ ਤਿੰਨ ਕਰ ਰਹੇ ਹੋ, ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਸ਼ਰਧਾਲੂ ਆ, ਅਗਰ ਉਹ ਸਾਰੇ ਵਜਾਉਣਗੇ ਤਾਂ ਫਿਰ ਉਹ ਕੋਈ ਵਧੀਆ ਗੱਲ ਥੋੜ੍ਹੀ। ਜਿਹੜੇ ਛੋਟੇ ਬੱਚੇ ਤੁਹਾਨੂੰ ਦੇਖਣਗੇ ਅੱਜ ਤੋਂ ਸਾਲ ਬਾਅਦ, ਦੋ ਸਾਲਾਂ ਬਾਅਦ, ਉਹ ਵੀ ਇਹੀ ਕਰਨਗੇ ਕਿ ਮਾਤਾ ਚਿੰਤਪੁਰਨੀ ਦੇ ਮੇਲੇ 'ਚ ਇੱਦਾਂ ਹੁੰਦਾ। ਠੀਕ ਹੈ, ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰਨਾ। ਜਿਹੜਾ ਤੁਹਾਡਾ ਗਿਫਟ ਹੈ ਇਹ ਤੁਹਾਡਾ ਤਿਆਰ ਹੋ ਗਿਆ, ਆ ਲਓ ਇਹਨੂੰ ਸੰਭਾਲ ਕੇ ਰੱਖਣਾ, ਇਹਦੀ ਇੱਕ ਕਾਪੀ ਕਰਾ ਕੇ ਰੱਖ ਲੈਣੀ ਹੈ। ਜਦੋਂ ਅੱਗੇ ਅਗਲੇ ਸਾਲ ਸੰਨ 25 ਦੇ ਵਿੱਚ ਮਾਤਾ ਜੀ ਦਾ ਮੇਲਾ ਆਉਣਾ ਅਤੇ ਇਹਨੂੰ ਵੇਖ ਕੇ ਫਿਰ ਜਾਣਾ ਮੇਲੇ 'ਚ, ਤੁਹਾਨੂੰ ਫਿਰ ਚੇਤਾ ਰਹੂਗਾ। ਠੀਕ ਹੈ, ਆ ਲਓ। ਅਤੇ ਮੈਂ ਬਾਕੀ ਜਿਹੜੀ ਸੰਗਤ ਦੂਰ ਦੁਰਾਡਿਓਂ ਆ ਰਹੀ ਹੈ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ 2-ਵੀਲਰ ਦੇ ਉੱਪਰ ਟ੍ਰਿਪਲਿੰਗ ਨਾ ਕਰੋ। ਜਿਹੜੇ ਛੋਟਾ ਹਾਥੀ ਹੈ ਜਾਂ ਟਾਟਾ 407 ਹੈ ਉਹਨਾਂ ਦੇ ਉੱਪਰ ਚੜ੍ਹ ਕੇ ਨਾ ਆਓ, ਬੱਸਾਂ ਦੇ ਉੱਪਰ ਚੜ੍ਹ ਕੇ ਆਓ, ਮਤਲਬ ਸੀਟਾਂ 'ਤੇ ਬੈਠ ਕੇ ਉੱਪਰ ਛੱਤਾਂ ਦੇ ਉੱਪਰ ਨਾ ਬੈਠੋ। ਤੁਸੀਂ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨ ਕਰਨ ਜਾ ਰਹੇ ਹੋ, ਤੁਹਾਡਾ ਹੁਸ਼ਿਆਰਪੁਰ ਪੁਲਿਸ ਵੱਲੋਂ ਪੂਰੇ ਪ੍ਰਸ਼ਾਸਨ ਵੱਲੋਂ ਜੀ ਆਇਆਂ ਸਵਾਗਤ ਹੈ। ਅਸੀਂ ਤੁਹਾਡਾ ਆਪਣੀ ਅੱਖਾਂ ਵਿਛਾ ਕੇ ਤੁਹਾਡਾ ਜਿਹੜਾ ਸਵਾਗਤ ਹੈ ਉਹ ਕਰਦੇ ਹਾਂ। ਪਲੀਜ਼ ਸਾਨੂੰ ਕੋਪਰੇਟ ਕਰੋ ਅਤੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਕੋਈ ਵਿਅਕਤੀ ਜਿਹੜਾ ਹੁੱਲੜਬਾਜ਼ੀ ਨਾ ਕਰੇ। ਇਹਨਾਂ ਬੱਚਿਆਂ ਨੇ ਕੱਲ੍ਹ ਹੁੱਲੜਬਾਜ਼ੀ ਕੀਤੀ ਸੀ ਅਤੇ ਸਾਡੀ ਟੀਮ ਦਾ ਅੱਜ ਸਾਰਾ ਦਿਨ ਹੀ ਲੰਘ ਗਿਆ। ਇਹਨਾਂ ਬੱਚਿਆਂ ਦਾ ਘਰ ਲੱਭ ਕੇ, ਇਹਨਾਂ ਦਾ ਚਲਾਨ ਕਰਨ ਵਾਸਤੇ ਇਹਨਾਂ ਦੇ ਘਰ ਗਿਫਟ ਦੇ ਕੇ ਚੱਲੇ ਹਾਂ। ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਕੋਪਰੇਟ ਕਰੋ, ਇੱਦਾਂ ਦੀ ਜਿਹੜੀ ਹੁੱਲੜਬਾਜ਼ੀ ਹੈ ਨਾ ਕਰੋ। ਇਹ ਉਹੀ ਐਕਟ ਵਾ ਜੀ ਜਿਹੜੀ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਵਿੱਚ ਜਿਹੜੇ ਉਹ ਤਿੰਨ ਜਵਾਨ ਸੀਗੇ ਜਿਹੜੇ ਪੀਪਣੀਆਂ ਵਜਾ ਕੇ ਅਤੇ ਸ਼ੋਰੋ ਗੋਲ ਕਰ ਰਹੇ ਸੀਗੇ ਆਪਣੀ ਮਰਜ਼ੀ ਦੇ ਨਾਲ। ਇਹ ਐਕਟਵਾ ਅਸੀਂ ਇੱਥੋਂ ਘਰੋਂ ਆ ਕੇ ਜਿਹੜੀ ਐਕਟਵਾ ਹੈ ਫੜ ਲਈ ਹੈ ਅਤੇ ਇਹ ਤਿੰਨ ਬੱਚੇ ਸੀਗੇ ਜਿਹੜੇ ਵਜਾਉਂਦੇ ਸੀਗੇ ਇਹ ਤਿੰਨੇ ਬੱਚੇ ਸੀਗੇ। ਹੁਣ ਇਹਨਾਂ ਕੋਈ ਵੱਜਦੀ ਨਹੀਂ ਪਈ, ਪਹਿਲਾਂ ਬੜੇ ਜ਼ੋਰ ਜ਼ੋਰ ਨਾਲ ਮਰਾਉਂਦੇ ਸੀਗੇ ਵਜਾਉਂਦੇ ਸੀਗੇ। ਆਮ ਬੱਚਿਓ ਅੱਗੋਂ ਤੋਂ ਗਲਤੀ ਕਰੋਗੇ, ਸਾਰੇ ਉੱਚੀ ਬੋਲੋ। ਬਾਕੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਹੁੱਲੜਬਾਜ਼ੀ ਸਾਰੇ ਉੱਚੀ ਬੋਲੋ, ਹੁੱਲੜਬਾਜ਼ੀ ਨਹੀਂ ਕਰਨੀ ਚਾਹੀਦੀ। ਤੁਸੀਂ ਆਪਣੀ ਗਲਤੀ ਮਹਿਸੂਸ ਕਰ ਰਹੇ ਹੋ? ਬੋਲੋ, ਅੱਗੇ ਤੋਂ ਕਰੋਗੇ ਇੱਦਾਂ? ਸੋਰੀ ਬੋਲੋ।